ਹੈਦਰਾਬਾਦ ਤੋਂ ਲੁਧਿਆਣੇ ਵੱਲ ਆ ਰਹੇ ਬੰਦ ਬਾੜੀ ਟਰਾਲੇ ਨੂੰ ਪੰਜਾਬ ਦੇ ਲਹਿਰ ਗੱਗਾ ਦੇ ਪਿੰਡ ਚੋਟੀਆਣਾ ਅਤੇ ਗੁਰੇਨ ਦੇ ਵਿੱਚ ਦੇਰ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਟਰਾਲੇ 'ਚ ਮੋਟਰਸਾਈਕਲਾਂ ਦੇ ਟਾਇਰ ਭਰ ਕੇ ਲਿਜਾਏ ਜਾ ਰਹੇ ਸੀ। ਹਾਦਸੇ ਦੀ ਵਜ੍ਹਾ ਟਰਾਲੇ ਦੇ ਬਿਜਲੀ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਟਰਾਲੇ 'ਚ ਕਰੰਟ ਆ ਜਾਣਾ ਦੱਸਿਆ ਜਾਂਦਾ ਹੈ। ਹਾਦਸੇ 'ਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਹ ਸਾਨੂੰ ਜੀ ਸਵੇਰੇ ਪਤਾ ਲੱਗਿਆ ਜਦੋਂ ਅਸੀਂ ਉਰੇ ਆਏ ਹਾਂ। ਸਵੇਰੇ ਸਾਡੇ ਗੁਰਨਿਕਲਾਂ ਅਲੋਸਮੈਂਟ ਹੋਈ ਆਪਣੇ ਗੁਰੂ ਘਰ, ਅਸੀਂ ਸਵੇਰੇ ਉਰੇ ਆ ਗਏ। ਜਦੋਂ ਆ ਕੇ ਦੇਖਿਆ ਅੱਗ ਲੱਗੀ ਪਈ ਸੀ, ਅਸੀਂ ਕੋਸ਼ਿਸ਼ ਵੀ ਕਰੀ ਬਹੁਤ ਬੁਝਾਉਣ ਦੀ, ਅੱਗ ਬੇਕਾਬੂ ਸੀ, ਟਾਇਰ ਹੋਣ ਦੇ ਕਾਰਨ ਅੱਗ ਟਾਇਰ ਨੇ ਰਬੜ ਹੈ, ਅੱਗ ਬੇਕਾਬੂ ਦੀ ਅਸੀਂ ਬੁਝਾਈ ਵੀ ਹੈ, ਕੋਸ਼ਿਸ਼ ਵੀ ਕਰੀ ਹੈ ਪਰ ਬੁਝੀ ਹੈ ਨਹੀਂ। ਇਹ ਪੁਲਿਸ ਮੁਲਾਜ਼ਮ ਦਾ ਕਹਿਣ ਸਾਹਿਬ ਵੀ 11 ਵਜੇ ਵਿਚਾਰੇ ਪੁਲਿਸ ਮੁਲਾਜ਼ਮ ਬਹੁਤ ਹਿੰਮਤ ਕਰੀ, ਵਰਦਿਆਂ ਪਾਟ ਗਈਆਂ, ਵਰਦਿਆਂ ਕਾਲੀਆਂ ਹੋ ਗਈਆਂ। ਉਦੋਂ ਬਾਅਦ ਗੱਡੀ ਵੀ ਆ ਗਈ ਸੀ, ਅੱਗ ਬੁਝਾਈ ਵੀ ਹੈ ਕਿ ਇਹਨਾਂ ਨੇ ਪੂਰੇ ਜ਼ੋਰ ਲਾਇਆ, ਉਦੋਂ ਬਾਅਦ ਪਾਣੀ ਲੈਣ ਵੱਗ ਗਈ, ਉਦੋਂ ਬਾਅਦ ਗੱਡੀ ਆਈ ਨਹੀਂ। ਅੱਗ ਇਸ ਟਾਈਮ ਵੀ ਪੂਰੀ ਚੱਲ ਰਹੀ ਹੈ ਜੀ। ਲਹਿਰ ਗੱਗਾ ਤੋਂ ਅਨਿਲ ਜੈਨ ਦੀ ਰਿਪੋਰਟ, ਚੈਨਲ 2।